ਦਸਵੀਂ ਕੌਮੀ ਪੋਸਟਨ ਚੈਂਪੀਅਨਸ਼ਿਪ ਵਿੱਚ ਨੀਲੀ ਰਾਵੀ ਕੈਟਾਗਰੀ ਦੇ ਦੁੱਧ ਚੁਆਈ ਮੁਕਾਬਲੇ ਬਹੁਤ ਰੋਚਕ ਰਹੇ। ਪਹਿਲੇ 10 ਨੰਬਰਾਂ ਤੇ ਇਨਾਮ ਰੱਖੇ ਗਏ ਸਨ। ਸਰਦਾਰੀ ਪੰਜਾਬ ਦੀ ਰਹੀ। ਪੰਜਾਬ ਦੀਆਂ ਮੱਝਾਂ ਦਾ ਸਾਰੇ ਹੀ ਇਨਾਮੀ ਨੰਬਰਾਂ ਤੇ ਕਬਜ਼ਾ ਰਿਹਾ। ਪਹਿਲਾ ਇਨਾਮ ਜਿੱਤਿਆ ਚਮਕੌਰ ਸਿੰਘ ਪਿੰਡ ਰੋੜਕੇ ਜ਼ਿਲ੍ਹਾ ਬਰਨਾਲਾ ਦੀ ਮੱਝ ਨੇ। ਦੁੱਧ ਕੱਢਿਆ 21 ਕਿਲੋ 343 ਗ੍ਰਾਮ। ਇਸ ਵਰਗ ਦਾ ਦੂਜਾ ਅਤੇ ਚੌਥਾ ਇਨਾਮ ਬਲਕਰਨ ਸਿੰਘ ਘੁਮਿਆਰਾ ਜ਼ਿਲ੍ਹਾ ਫਰੀਦਕੋਟ ਦੀਆਂ ਮੱਝਾਂ ਨੇ ਜਿੱਤਿਆ। ਦੁੱਧ ਕੱਢਿਆ 19 ਕਿਲੋ 860 ਗ੍ਰਾਮ ਅਤੇ 18 ਕਿਲੋ 353 ਗ੍ਰਾਮ। ਨੀਲੀ ਰਾਵੀ ਵਰਗ ਦਾ ਤੀਜਾ ਸਥਾਨ ਫਤਿਹਗੜ੍ਹ ਸਾਹਿਬ ਦੇ ਪਿੰਡ ਖੋਜੇ ਮਾਜਰਾ ਦੇ ਗੁਰਪ੍ਰੀਤ ਸਿੰਘ ਦੀ ਮੱਝ ਨੂੰ ਮਿਲਿਆ। ਗੁਰਪ੍ਰੀਤ ਦੀ ਮੱਝ ਨੇ ਦੁੱਧ ਕੱਢਿਆ 18 ਕਿਲੋ 416 ਗ੍ਰਾਮ। ਪੰਜਵਾਂ ਅਤੇ ਛੇਵਾਂ ਸਥਾਨ ਰਸਾਲ ਸਿੰਘ ਪਿੰਡ ਬਲਟੋਹਾ ਜ਼ਿਲ੍ਹਾ ਤਰਨ ਤਾਰਨ ਦੀਆਂ ਮੱਝਾਂ ਨੇ ਜਿੱਤਿਆ। ਰਸਾਲ ਸਿੰਘ ਦੀਆਂ ਮੱਝਾਂ ਨੇ ਇਹ ਇਨਾਮ ਕ੍ਰਮਵਾਰ 18 ਕਿਲੋ 333 ਗ੍ਰਾਮ ਅਤੇ 17 ਕਿਲੋ 30 ਗ੍ਰਾਮ ਦੁੱਧ ਕੱਢ ਕੇ ਜਿੱਤੇ। ਇਸ ਵਰਗ ਦਾ ਸੱਤਵਾਂ ਸਥਾਨ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸਰਹਾਲੀ ਕਲਾਂ ਦੇ ਬੰਸਾ ਸਿੰਘ ਦੀ ਮੱਝ ਨੇ 16 ਕਿਲੋ 260 ਗ੍ਰਾਮ ਦੁੱਧ ਦੇ ਕੇ ਜਿੱਤਿਆ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਬਹੇੜ ਦੇ ਅਸਲਮ ਖਾਨ ਦੀ ਮੱਝ 16 ਕਿਲੋ 260 ਗ੍ਰਾਮ ਦੁੱਧ ਦੇ ਕੇ 8ਵੇਂ ਸਥਾਨ ਤੇ ਰਹੀ। 9ਵਾਂ ਨੰਬਰ ਮਿਲਿਆ ਜ਼ਿਲ੍ਹਾ ਪਟਿਆਲਾ ਦੇ ਪਿੰਡ ਬਿਰਦਰੋਂ ਦੇ ਜੱਸਾ ਸਿੰਘ ਦੀ ਮੱਝ ਨੂੰ। ਜੱਸਾ ਸਿੰਘ ਦੀ ਮੱਝ ਨੇ 15 ਕਿਲੋ 680 ਗ੍ਰਾਮ ਦੁੱਧ ਕੱਢ ਕੇ ਇਹ ਇਨਾਮ ਜਿੱਤਿਆ। ਅੰਮ੍ਰਿਤਸਰ ਦੇ ਪਿੰਡ ਬਟਾਲਾ ਖੁਰਦ ਦੇ ਰਹਿਣ ਵਾਲੇ ਦਲਵੀਰ ਸਿੰਘ ਦੀ ਨੀਲੀ ਰਾਵੀ ਮੱਝ 15 ਕਿਲੋ 313 ਗ੍ਰਾਮ ਦੁੱਧ ਦੇ ਕੇ 10ਵੇਂ ਨੰਬਰ 'ਤੇ ਰਹੀ।